ਅਲਹਮਦੁਲਿਲਾ ਜੀ, ਦੁਬਾਰਾ ਇੱਕ ਵਾਰੀ ਜੁੜ ਗਿਆ ਤੁਹਾਡੇ ਨਾਲ। ਦੁਬਾਰਾ ਜਾ ਰਹੇ ਆਰ ਓ ਆਫਿਸ ਦੀ ਤਰਫ ਤੇ ਐਕਟਿਵ ਵਾਮ ਸ਼ਾਮ ਪਈ ਹਨ ਮੇਰੇ ਸਾਹ ਨਾਲ, ਘੱਟੋ ਘੱਟ ਹੋ ਗਈ ਅੱਗੇ ਨਾਲੋਂ। ਜੀਕਰ ਜ਼ੀਰੋ ਬੰਦਾ ਹੀ ਜੁੜਿਆ। ਕੋਈ ਮਸਲਾ ਨੀ, ਕੋਈ ਮਸਲਾ। ਆ ਵੇਖੋ ਜੀ, ਆ ਸੀਨ ਸ਼ੀਨ ਹੈ। ਕੀ ਭਾਈ ਯਾਰ, ਬਣਿਆ ਕੁਛ? ਹੈਂ, ਪਤਾ ਨਹੀਂ ਯਾਰ, ਰਿਜ਼ਲਟ ਨਹੀਂ ਦੇ ਰਿਹਾ। ਜਿਹੜੀ ਗੱਲ NA 163 ਫੋਟਾ ਬਾਸ ਆਰ ਓ ਆਫਿਸ ਦੇ ਬਾਹਰ ਵਾਰਮ ਚੈੱਕ ਕਰ ਲਓ ਜੀ। ਅਜੇ ਤੀਕਰ ਰਿਜ਼ਲਟ ਨਹੀਂ ਦਿੱਤਾ, ਕੌਮੀ ਅਸੈਂਬਲੀ ਦਾ ਨਹੀਂ ਦਿੱਤਾ, ਸੂਬਾਈ ਅਸੈਂਬਲੀ ਦੇ ਵਿੱਚੋਂ PTI ਦਾ ਉਮੀਦਵਾਰ ਜਿੱਤ ਗਿਆ। ਅਸਲਾਮ ਅਲੈਕੁਮ, ਚੈੱਕ ਕਰ ਲਓ ਜੀ NA 163 ਫੋਟਾ ਬਾਸ ਆਰ ਓ ਆਫਿਸ ਦੇ ਬਾਹਰ ਵਾਮ ਵਾਹਵਾ ਇਕੱਠੀ ਹੋਈ ਹੋਈ ਹੈ। PTI ਦੀ ਵਾਮ ਹੈ, ਰਿਜ਼ਲਟ ਰੋਕ ਕੇ ਰੱਖਿਆ ਹੋਇਆ ਵਾ, ਕੌਮੀ ਅਸੈਂਬਲੀ ਦਾ ਰਿਜ਼ਲਟ ਨਹੀਂ ਦੇ ਰਹੇ, ਅਤੇ ਤਾਂ ਵਾਸਤੇ ਵਾਮ ਚੈੱਕ ਕਰ ਲਓ ਜੀ। ਬਹੁਤ ਜ਼ਿਆਦਾ ਵਾਮ ਇਕੱਠੀ ਹੋਈ ਹੋਈ ਆ ਇਸ ਟਾਈਮ, ਅਤੇ ਤਕਰੀਬਨ ਘੰਟਾ ਪਹਿਲੇ ਵੀ ਅਸੀਂ ਲਾਈਵ ਆਏ ਸੀ ਅਤੇ ਇੰਨਾ ਦੁਗਣੀ ਵਾਮ ਸੀ, ਹੁਣ ਫਿਰ ਵੀ ਗਈ ਹੈ, ਹੁਣ ਫਿਰ ਵੀ ਵਾਮ ਘੱਟ ਗਈ ਹੈ। ਤੁਹਾਨੂੰ ਮੁਸਲਸਲ ਅਪਡੇਟ ਕਰ ਦੇਣਾਗੇ ਕਿ NA 163 ਫੋਟਾ ਬਾਸ ਰਿਟਰਨਿੰਗ ਆਫਿਸ ਦੇ ਬਾਹਰੋਂ ਤੁਹਾਨੂੰ ਮੁਸਲਸਲ ਅਪਡੇਟ ਕਰਦੇ ਰਹਾਂਗੇ ਕਿ ਸੂਰਤ ਹਾਲ ਹੈ। ਇਸ ਟਾਈਮ ਪਹਿਲੇ ਇਸ ਜਗ੍ਹਾ 'ਤੇ ਤਕਰੀਬਨ ਵਾਮ ਹੀ ਵਾਮ ਸੀ, ਵਾਮ ਹੀ ਵਾਮ ਸੀ ਜੀ। ਫਿਲਹਾਲ ਲੱਗ ਰਿਹਾ ਕਿ ਵਾਮ ਇੱਕ ਦੋ, ਕਿਉਂਕਿ ਧੁੱਪ ਵਗੈਰਾ ਵਾਹਵਾ ਨਿਕਲ ਆਈ ਹੈ, ਤਾਂ ਵਾਮ ਮੈਂ ਮੇਰੇ ਸਾਹ ਨਾਲ ਇੱਕ ਵਾਰੀ ਸਾਈਡ ਸੂਟ 'ਤੇ ਹੋ ਗਈ ਹੈ, ਅਤੇ ਪਰ ਮੈਨੂੰ ਜਿੱਥੇ ਜਿੱਥੇ ਲੱਗ ਰਿਹਾ ਵਾਮ ਦੁਬਾਰਾ ਫਿਰ ਇਕੱਠੀ ਹੋਏਗੀ, ਇੱਥੇ 100% ਇਕੱਠੀ ਹੋਏਗੀ। ਅਸੀਂ ਵੀ ਇੱਕ ਵਾਰੀ ਸਾਈਡ 'ਤੇ ਚਲੇ ਗਏ, ਅਸੀਂ ਪਾਣੀ ਸ਼ਾਣੀ ਪੀ ਕੇ ਵਾਪਸ ਆਏ ਹਾਂ, ਅਤੇ ਤੁਹਾਨੂੰ ਮੁਸਲਸਲ ਅਪਡੇਟ ਕਰਦੇ ਰਹਾਂਗੇ ਕੀ ਸੂਰਤ ਹਾਲ ਹੈ ਕੀ ਨਹੀਂ। ਹਾਂਜੀ ਚਾਚਾ ਜੀ, ਕੁਛ ਕਹਿਣਾ ਚਾਹੋਗੇ? ਹਾਂਜੀ ਕਹਿਣਾ ਚਾਹਾਂਗੇ। ਕੀ ਚਾਚਾ ਜੀ ਦੱਸੋ, ਪਾਰਟੀ ਕਿਹੜੀ ਨਾਲ? ਪਾਰਟੀ ਨੂੰ ਤੁਸੀਂ ਛੱਡੋ, ਤੁਸੀਂ ਕਹਿ ਕਹਿ ਸਕਦੇ ਹੋ? ਇਹ ਕਹਿਣਾ ਚਾਹੁੰਦੇ ਆ ਵੀ ਇਮਰਾਨ ਖਾਨ ਸਾਹਿਬ ਨੂੰ ਨਜਾਇਜ਼ ਐਵੇਂ ਟੱਕੇ ਹੋਏ, ਉਹਨੂੰ ਜਲਦ ਰਿਹਾ ਕੀਤਾ ਜਾਵੇ। ਪੂਰੇ ਪਾਕਿਸਤਾਨ ਦੀ ਆਵਾਮ ਇਮਰਾਨ ਖਾਨ ਦੇ ਨਾਲ ਹੈ। ਫੋਟਾ ਪਾਸੇ ਬੋਲ ਰਹਾ ਹਾਂ, ਬਹੁਤ ਬੇਸ਼ੁਮਾਰ ਲੇਡੀਜ਼ ਔਰ ਬੰਦਿਆਂ ਨੇ ਪਾਇਆ ਇਮਰਾਨ ਖਾਨ ਸਾਹਿਬ ਦੇ ਮੂੰਹ ਨੂੰ, ਲਿਆਜ਼ਾ ਉਹਦੀ ਪਾਰਟੀ ਨੂੰ ਜਨਾਬ ਜਿਤਾਇਆ ਜਾਵੇ ਔਰ ਇਮਰਾਨ ਖਾਨ ਸਾਹਿਬ ਨੂੰ ਰਿਹਾ ਕੀਤਾ ਜਾਵੇ। ਮੈਂ ਗੁਜ਼ਾਰਿਸ਼ ਕਰਨਾ, ਅਸੀਂ ਗਰੀਬ ਬੰਦਿਆਂ ਨੇ ਆਪਣੇ ਹੱਕ ਨੂੰ ਔਰ ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਕਰਕੇ ਵੋਟ ਪਾਇਆ ਇਮਰਾਨ ਖਾਨ ਦੀ ਜ਼ਾਤ ਨੂੰ, ਔਰ ਇਮਰਾਨ ਖਾਨ ਸਾਹਿਬ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਮੇਰਾ ਤਮਾਮ ਏਜੰਸੀਆਂ ਦੇ ਵਿੱਚ ਸਵਾਲ ਹੈ ਚਾਚਾ ਜੀ, ਦੱਸੋਗੇ ਕੌਣ ਅਸਲ ਕੇ ਤੋਂ ਜਿੱਤਿਆ ਵਾ ਤੇ ਰਿਜ਼ਲਟ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ? ਇਸ ਟਾਈਮ ਜਨਾਬ ਕਾਸ਼ਿਫ ਨਵੀਦ ਪਨਸੋਤਾ, ਉਹਨਾਂ ਦਾ ਰਿਜ਼ਲਟ ਜਾਰੀ ਹੋ ਗਿਆ ਵਾ, ਕੌਮੀ ਅਸੈਂਬਲੀ ਦਾ ਰਿਜ਼ਲਟ ਜਾਰੀ ਨਹੀਂ ਹੋਇਆ। NA 163 ਦੇ ਵਿੱਚੋਂ ਕੌਣ ਜਿੱਤਿਆ ਵਾ? ਇੱਥੋਂ ਜਨਾਬ ਮੇਰੇ ਸਾਡੇ ਕਾਸ਼ਿਫ ਨਵੀਦ ਪਨਸੋਤਾ ਸਾਹਿਬ ਜਿੱਤੇ ਹਨ, ਔਰ ਸ਼ੌਕਤ ਮਸਵਾਲ ਸਾਹਿਬ ਜਿੱਤ ਗਏ। ਕਿੰਨੀ ਲੀਡ ਤੋਂ ਜਿੱਤੇ? ਮਾਸ਼ਾਅੱਲਾ ਜੀ, ਲੀਡ 25-26,000 ਤੋਂ ਜਿੱਤ ਗਏ। 26 ਸ਼ੋਰ ਪੈ ਗਿਆ, ਵੇਖ ਲਓ ਸ਼ੋਰ ਪੈ ਗਿਆ, ਪਤਾ ਨਹੀਂ ਕੀ ਹੋਇਆ। ਸ਼ੌਕਤ ਬਸਰਾ ਜਿੰਦਾਬਾਦ, ਇਮਰਾਨ ਖਾਨ ਜਿੰਦਾਬਾਦ, ਇਮਰਾਨ ਖਾਨ ਸ਼ੋਰ ਪਿਆ ਯਾਦਾਂ ਦਾ ਜਲਦੀ ਅਨਾਉਂਸਮੈਂਟ ਹੋ ਗਈ ਹੈ। ਤੇ ਚਾਚਾ ਜੀ ਕਹਿ ਰਹੇ ਨੇ ਕਿ ਯਾਰ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਏ, ਉਹਨਾਂ ਨੇ ਬੜੀ ਮਿਹਨਤਾਂ ਨਾਲ ਬੜੀ ਮੁਸ਼ਕਲਾਂ ਨਾਲ ਵੋਟ ਪਾਇਆ ਇਮਰਾਨ ਖਾਨ ਨੂੰ। ਇਹ ਜਿਹੜਾ ਸ਼ੋਰ ਪੈ ਗਿਆ, ਚੈੱਕ ਕਰ ਸਕਦੇ ਹੋ, ਉਹ ਜਿਹੜਾ ਬਾਨ ਸ਼ੋਰ ਕਰ ਰਹੀ ਲੱਗ ਰਿਹਾ ਕਿ ਇਮਰਾਨ ਖਾਨ ਨੂੰ, ਮਤਲਬ ਕਿ ਐਸੇ ਤੋਂ ਪਤਾ ਨਹੀਂ ਬਾਰ ਬਾਰ ਸ਼ੋਰ ਦੀ ਆਵਾਜ਼ ਆ ਰਹੀ ਹੈ, ਲੱਗ ਰਿਹਾ ਕਿ ਪਤਾ ਨਹੀਂ ਰਿਜ਼ਲਟ ਹੋ ਗਿਆ। ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜ਼ਿੰਦਾਬਾਦ। ਚਾਚਾ ਜੀ ਦੇ ਜਜ਼ਬਾਤ ਦੇਖ ਲਓ, ਇਮਰਾਨ ਖਾਨ ਜ਼ਿੰਦਾਬਾਦ।
चाचा जी कह रहे ने कि उन्हां दा हक उन्हां दित्ता जाए, उन्होंने बहुत मेहनत नाल वोट पाया वा इमरान खान नूं, ते जिहड़ा भी असल हकदार है उन्हां दा जल्दी तों जल्दी रिजल्ट दित्ता जाए। इस टाइम लाइव खड़े हां असीं एन 163 फुट बास सुपरनिंग ऑफिस दे बाहर खड़े हां। जित गया काशम नवीन पंसोता, जित गया इमरान खान साहब दे मुंह नूं वोट पिया बेशुमार बेशुमार। जिन्ने भी यार बंदे खड़े ने लाइव नूं शेयर कीती जाओ छेती छेती। क्या कर लो जी ਕੌਮ ਦਾ ਜੋਸ਼ ਯਕਦਮ ਬਾਦ 70 ਸਾਲ ਬਾਅਦ ਗੰਦ ਨਿਕਲਿਆ ਮੁਲਕ ਦੇ ਵਿੱਚ 76 ਸਾਲ ਬਾਅਦ ਨਵਾਜ਼ ਸ਼ਰੀਫ ਦੇ ਬਾਰੇ ਅਸੀਂ ਰੋਟੀ ਤੋਂ ਤੰਗ ਹਰ ਸ਼ੈ ਤੋਂ ਤੰਗ ਨਾ ਸਾਨੂੰ ਕੋਈ ਖਾਣ ਨੂੰ ਸ਼ਾ ਚੰਗੀ ਲੱਭ ਰਹੀ ਹੈ ਨਾ ਕੋ ਸਾਡਾ ਹੱਕ ਸਾਨੂੰ ਲੱਭ ਰਿਹਾ। ਮੈਂ ਹੱਥ ਬੰਨ ਕੇ ਸਵਾਲ ਕਰਨਾ ਤਮਾਮ ਪਾਕਿਸਤਾਨ ਦੀਆਂ ਏਜੰਸੀਆਂ ਦੇ ਅੱਗੇ ਇਮਰਾਨ ਖਾਨ ਸਾਹਿਬ ਨੂੰ ਰਿਹਾ ਕਰ ਦਿਓ, ਰਿਹਾ ਕਰ ਦਿਓ, ਅੱਲਾ ਦਾ ਨਾਮ ਹੈ, ਅੱਲਾ ਦੇ ਰਸੂਲ ਦਾ ਨਾਮ ਹੈ। ਅੱਛਾ ਅੱਛਾ ਜੀ ਗੱਲ ਸੁਣੀਓ, ਚਾਚਾ ਜੀ ਕਹਿ ਰਹੇ ਆ ਕਿ ਜਿਹੜਾ ਅਸਲ ਮਤਲਬ ਕਿ ਉਮੀਦਵਾਰ ਜਿੱਤਿਆ ਉਹਨਾਂ ਦਾ ਰਿਜ਼ਲਟ ਛੇਤੀ ਤੋਂ ਛੇਤੀ ਜਾਰੀ ਕੀਤਾ ਜਾਏ। ਚੈੱਕ ਕਰ ਲਓ ਜੀ ਵਾਹ ਵਾਹ ਖੜੀ ਹੈ। ਚਾਚਾ ਜੀ ਨਵਾਜ਼ ਸ਼ਰੀਫ ਬਾਰੇ ਕੁਛ ਕਹਿਣਾ ਚਾਹੋਗੇ? ਜੀ ਨਵਾਜ਼ ਸ਼ਰੀਫ ਬਾਰੇ ਕੀ ਕਹਿਣਾ ਚਾਹੁੰਦੇ ਹਾਂ, ਨਵਾਜ਼ ਸ਼ਰੀਫ ਹੋਰਾਂ ਨੇ ਸਾਨੂੰ ਲੁੱਟ ਕੇ ਖਾ ਲਿਆ, ਮੁਲਕ ਨੂੰ ਵੇਚ ਦਿੱਤਾ, ਯਹੂਦੀਆਂ ਨੂੰ ਵੇਚ ਛੱਡਿਆ, ਅਸੀਂ ਲਿਹਾਜ਼ਾ ਨਹੀਂ ਵਿਕਣਾ ਚਾਹੁੰਦੇ। ਨਾ ਇਮਰਾਨ ਖਾਨ ਝੁਕੇਗਾ, ਨਾ ਝੁਕਣ ਵਾਲਾ ਬੰਦਾ, ਇਮਾਨਦਾਰ ਬੰਦਾ ਔਰ ਵੈਦ ਲੀਡਰ ਹੈਗਾ ਜੋ ਦੂਜਾ ਦੂਜਾ ਸਾਡਾ ਸਾਡਾ ਦੂਜਾ ਬਾਬਾ ਕਿਆਦੇ ਆਜ਼ਮ ਜ਼ਿੰਦਾ ਹੋ ਗਿਆ। ਨਵਾਜ਼ ਸ਼ਰੀਫ ਤਕੜਾ ਹੋ ਜਾ ਤਕੜਾ, ਹੁਣ ਤੈਨੂੰ ਨਿਭਣਾਂਗੇ ਅਸੀਂ ਇਨਸ਼ਾਅੱਲਾ ਇਨਸ਼ਾਅੱਲਾ। ਇੱਥੇ ਭਾਈ ਵਾਮ ਦਾ ਜੋਸ਼ ਤੁਸੀਂ ਵੇਖ ਸਕਦੇ ਹੋ, ਬਹੁਤ ਜ਼ਿਆਦਾ ਵਾਮ ਗੁੱਸੇ ਦੇ ਵਿੱਚ ਹੈ। ਇਸ ਟਾਈਮ ਐਨ 163 ਫੁੱਟ ਬਾਸ ਰਿਟਰਨਿੰਗ ਆਫਿਸ ਦੇ ਬਾਹਰ ਖੜੀ ਹੋਈ ਹੈ, ਚੈੱਕ ਕਰ ਸਕਦੇ ਹੋ। ਮੁਸਲਸਲ ਤੁਹਾਨੂੰ ਇੱਥੋਂ ਅਪਡੇਟ ਕਰਦੇ ਰਹਾਂਗੇ ਛੇਤੀ ਤੋਂ ਛੇਤੀ। ਯਾਰ ਕਿਸੇ ਬੰਦੇ ਨੇ ਲਾਈਵ ਸ਼ੇਅਰ ਨਹੀਂ ਕੀਤੀ, ਲਾਈਵ ਸ਼ੇਅਰ ਕਰੋ, ਲਾਈਕ ਕਰੋ, ਲਾਈਵ ਜਿੰਨਾ ਜ਼ਿਆਦਾ ਹੋ ਸਕਦਾ। ਨਾਰੇ ਲੱਗ ਰਹੇ ਨੇ ਇਸ ਢੋਲ ਵਾਲਾ ਜੱਟ ਵੀ ਕਹੀ ਹਾਂ ਰਨ ਦਾ ਟਾਈਮ ਚਲੋ ਸਹੀ ਹੋ। ਹਾਂ ਚਲ ਆ ਮਾੜੇ ਪਰਾਂ ਚਲੀਏ, ਇੱਕ ਵਾਰੀ ਬਾਹਰ ਜਾ ਕੇ ਤੁਹਾਨੂੰ ਅਪਡੇਟ ਦਿੰਦੇ ਹਾਂ ਕੀ ਸੂਰਤ ਹਾਲ, ਕੀ ਸੀਨ ਹੈ ਇਸ ਜਗ੍ਹਾ ਦਾ, ਕੀ ਹੋ ਰਿਹਾ ਕੀ ਨਹੀਂ, ਅਤੇ ਆਵਾਮ ਮਤਲਬ ਕਿ ਕਿੰਨੀ ਆਵਾਮ ਭਾਈਆਂ ਇੱਥੋਂ ਫੋਟਾ ਬਾਸ ਦੇ ਵਿੱਚ ਤਕਰੀਬਨ ਪਹਿਲੇ ਤਾਂ ਇਹਨਾਂ ਨਾਲ ਤਕਰੀਬਨ ਤ੍ਰਿਪਲ ਆਵਾਮ ਸੀ, ਥੋੜ੍ਹੀ ਬਹੁਤ ਘਟੀਏ ਪਰ ਆਵਾਮ ਮੁਸਲਸਲ ਆ ਰਹੀ ਹੈ। 19 ਬੰਦੇ ਵੇਖਦੇ ਲਾਲਾ ਜੀ ਇੱਥੋਂ ਐਨ 163 ਦੇ ਵਿੱਚੋਂ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ। ਹਾਂ ਉਹ ਇੱਥੇ ਸਾਈਡ 'ਤੇ ਹੋ ਗਏ ਮਾੜੇ ਜਿਹੇ ਦੱਸ ਦਿਓ 55 ਬਾਈ ਪੁਲਿਸ ਦੀ ਕਾਫੀ ਨਫਰੀ ਇੱਥੇ ਪਹੁੰਚੀ ਹੋਈ ਹੈ, ਰਿਜ਼ਲਟ ਨੂੰ ਬਹੁਤ ਜ਼ਿਆਦਾ ਲੇਟ ਹੋ ਗਈ ਹੈ, ਤਕਰੀਬਨ 1 ਵੱਜ ਗਿਆ, ਪੂਰਾ 1 ਵੱਜ ਗਿਆ ਵਾ, ਫਿਲਹਾਲ ਤੀਕ ਰਿਜ਼ਲਟ ਨਹੀਂ ਦਿੱਤਾ ਗਿਆ। ਐਨ 163 ਦਾ ਆਵਾਮ ਫਿਰ ਇਕੱਠੀ ਹੋਣੀ, ਦੁਬਾਰਾ ਇਕੱਠੀ ਹੋਣੀ ਸ਼ੁਰੂ ਹੋ ਗਈ ਆ ਇਸ ਜਗ੍ਹਾ ਤੇ। ਕਿਹਨੂੰ ਗੱਲ ਕਰਨੀ? ਇੱਥੇ ਭਾਈ ਐਨ ਪੀ ਡੀ ਆਈ ਦੀ ਕਾਫੀ ਜ਼ਿਆਦਾ ਆਵਾਮ ਪਹੁੰਚੀ ਹੋਈ ਆ, ਚੈੱਕ ਕਰ ਸਕਦੇ ਹੋ, ਜ਼ੂਮ ਕਰਕੇ ਤੁਹਾਨੂੰ ਖਾ ਦਿੰਦੇ ਹਾਂ। ਇਸ ਜਗ੍ਹਾ 'ਤੇ ਕਾਫੀ ਜ਼ਿਆਦਾ ਆਵਾਮ ਪਹੁੰਚੀ ਹੋਈ ਹੈ ਰਿਜ਼ਲਟ ਲੈਣ ਵਾਸਤੇ। ਸ਼ੌਕਤ ਮਹਿਮੂਦ ਬਸਰਾ ਇਸ ਜਗ੍ਹਾ ਤੋਂ ਜਿਹੜੇ ਨਤਾਇਜ ਆਏ ਸੀ ਉਸ ਤੋਂ ਬਾਅਦ ਲੱਗ ਰਿਹਾ ਸੀ ਮਤਲਬ ਕਿ 10-12 ਹਜ਼ਾਰ ਦੀ ਲੀਡ ਤੋਂ ਜਿੱਤ ਚੁੱਕਿਆ ਸੀਗਾ, ਲੇਕਿਨ ਰਿਟਰਨਿੰਗ ਆਫਿਸਰ ਜਿਹੜਾ ਵਾ ਉਹ ਰਿਜ਼ਲਟ ਜਾਰੀ ਨਹੀਂ ਕਰ ਰਿਹਾ, ਫਿਲਹਾਲ ਤੀਕਰ ਰਿਜ਼ਲਟ ਜਾਰੀ ਨਹੀਂ ਹੋਏ।
इधर खोते हैं इधर दोबारा एक बार अगे जाओ पेड़ से।